ਬੰਤਾ ਸਿੰਘ ਜੀ ਕੀ ਹਾਲ ਚਾਲ ਹੈ? ਬੰਤਾ ਸਿੰਘ ਜੀ ਕੀ ਹਾਲ ਚਾਲ ਹੈ? ਓ ਯਾਰ ਤੂੰ ਆ ਗਿਆ, ਕੀ ਗੱਲ? ਪਰੇਸ਼ਾਨ ਹੈ? ਪਰੇਸ਼ਾਨ ਯਾਰ ਕੀ ਕਰਾਂ, ਔਲਾਦ ਤੋਂ ਪਰੇਸ਼ਾਨ ਆ। ਔਲਾਦ ਤੋਂ? ਔਲਾਦ ਤੋਂ ਸਾਰੇ ਪਰੇਸ਼ਾਨ ਆ, ਮੈਂ ਵੀ ਪਰੇਸ਼ਾਨ ਆ, ਸਾਰੀ ਦੁਨੀਆ ਪਰੇਸ਼ਾਨ ਆ। ਡਰਨ ਵਾਲੀ ਕਿਹੜੀ ਗੱਲ ਆ? ਘਬਰਾਉਣ ਵਾਲੀ ਕਿਹੜੀ ਗੱਲ? ਇੱਕੋ ਮੁੰਡਾ, ਉਹ ਵੀ ਜਿੱਦੀ, ਬਸ ਪਿਆਰ ਦਾ ਨੁਕਸਾਨ ਆ। ਜਿਨ੍ਹਾਂ ਨੂੰ ਪਿਆਰ ਦਿੱਤਾ ਉਹਨੇ ਤੰਗ ਕਰਦਾ। ਕੀ ਤੰਗ ਕਰਦਾ ਯਾਰ, ਫਿਰ ਕੀ ਹੋਇਆ ਯਾਰ? ਯਾਰ ਜਿੱਦ ਬੜੀ ਕਰਦਾ ਹੈ, ਕਦੀ ਕਹਿੰਦਾ ਜੀ ਮੈਂ ਫੁਲਕਾ ਖਾਣਾ, ਅੱਧਾ ਫੁਲਕਾ ਖਾਣਾ। ਅੱਧਾ ਅੱਧਾ ਪਕਾ ਦਿਓ, ਕੀ ਹੈ? ਅੱਧਾ ਹੀ ਕਹਿੰਦਾ ਪਕਾਓ, ਥੱਲੇ ਨੀ ਕਰਨਾ, ਉੱਪਰ ਹੀ ਅੱਧਾ ਪਕਾਓ। ਯਾਰ ਜਦੋਂ ਆਪਾਂ ਹੁੰਦੇ ਸੀ ਅੱਠ ਅੱਠ ਬੱਚੇ ਹੁੰਦੇ ਸੀ, ਇੰਨੇ ਤੰਗ ਕਰਦੇ, ਤੁਸੀਂ ਇੱਕ ਬੱਚੇ ਕੋਲ ਤੰਗ ਆ ਗਏ ਯਾਰ? ਫਿਰ ਕਹਿੰਦਾ ਚਾਵਲ ਖਾਣੇ ਆ। ਹਾਂ, ਅੱਧੇ ਚਾਵਲ ਖਾਣੇ ਆ, ਛੋਟੇ। ਟੋਟਾ ਲੈ ਕੇ? ਟੋਟਾ ਬਣਾਏ, ਕਹਿੰਦਾ ਨਹੀਂ ਪੂਰੇ ਬਣਾ ਕੇ ਉਹਨੂੰ ਅੱਧੇ ਕਰੋ। ਮੈਂ ਕਿਹਾ ਯਾਰ ਕਮਾਲ ਦੀ ਗੱਲ ਆ, ਕੱਲ ਤੇ ਹੱਦ ਹੀ ਮੁਕਾ ਦਿੱਤੀ ਯਾਰ ਉਹਨੇ। ਕੀ ਹੱਦ ਮੁਕਾਈ, ਮੈਨੂੰ ਵੀ ਦੱਸ ਯਾਰ। ਕਹਿੰਦਾ ਬੱਕਰੀ ਦੀਆਂ ਮਹਿੰਗੀਆਂ ਖਾਣੀਆਂ। ਦੱਸੋ ਸਾਡੇ ਘਰ ਬੱਕਰੀ ਕਿੱਥੋਂ ਆਏਗੀ ਯਾਰ? ਇੰਨਾ ਰੌਲਾ ਪਾਇਆ, ਇੰਨਾ ਚੀਕ ਝਿਆੜਾ, ਬੜੀ ਮੁਸ਼ਕਲ ਮੈਂ ਬਾਹਰ ਜਾ ਕੇ ਨਾ ਬੱਕਰੀ ਲੱਭੀ। ਲੱਭ ਲਈ? ਅੱਛਾ। ਬੱਕਰੀ ਦੇ ਕੋਲ ਆਇਆ ਕਰਕੇ ਬੈਠਾ ਰਿਹਾ ਮੈਂ, ਮੰਗਣਾ ਹੀ ਨਾ ਕਰੇ। ਪੱਠੇ ਪੱਠੇ ਖਵਾਉਣੇ ਸੀ ਨਾ? ਖਵਾਏ ਪੱਠੇ ਫਿਰ? ਅੱਛਾ। ਉਹ 2 ਘੰਟੇ ਬਾਅਦ ਉਹਨੇ ਮੰਗਣਾ ਕੀਤੀਆਂ। ਅੱਛਾ। ਮੈਂ ਇਕੱਠੀਆਂ ਕਰਕੇ ਲਿਆ ਕੇ, ਲਿਆ ਬੇਟਾ ਤੂੰ ਇਕੱਲਾ ਇਕੱਲਾ ਪੁੱਤਰ ਆ, ਤੈਨੂੰ ਮੈਂ ਕੀ ਨਾ ਕਰਾਂ। ਉਹਨੂੰ ਮੈਂ ਲਿਆ ਕੇ ਦਿੱਤੀਆਂ ਮੰਗਣਾ, ਮੈਂ ਖਾ। ਚਲੋ ਬੱਚਾ ਖੁਸ਼ ਹੁੰਦਾ ਤੇ ਕੀ ਆ, ਪੜ੍ਹ ਨਹੀਂ ਖਾਣੀਆਂ। ਮੈਂ ਬੜਾ ਕਲਪਿਆ, ਮੈਂ ਕਮਾਲ ਆ, ਮੈਂ ਇੰਨੀ ਮੁਸ਼ਕਿਲ ਵਿੰਗਣਾ ਲੱਭ ਕੇ ਲਿਆਂਦੀਆਂ, ਤੂੰ ਕਹਿੰਦਾ ਨਹੀਂ ਖਾਣੀਆਂ। ਕਹਿੰਦਾ ਨਹੀਂ ਅੱਧੀਆਂ ਤੁਸੀਂ ਖਾਓ, ਦੀਆਂ ਮੈਂ ਖਾਵਾਂਗਾ। ਇਕੱਲਾ ਇਕੱਲਾ ਮੁੰਡਾ ਯਾਰ ਕੀ ਕਹਾਂਗਾ। ਮੈਂ ਚੱਲ ਚੱਲ ਖਾ ਲਾਂਗਾ ਯਾਰ, ਮੈਂ ਨਮਕ ਨੁਮਕ ਪਾ ਲੈਣਾ ਸੀ ਉੱਤੇ। ਨਹੀਂ ਕਹਿੰਦਾ ਪਹਿਲਾਂ ਤੁਸੀਂ ਖਾਓ ਫਿਰ ਮੈਂ ਖਾਵਾਂਗਾ। ਨਮਕ ਧੂੜ ਲੈਣਾ ਸੀ, ਨਮਕ ਧੂੜ ਕੇ ਮੈਂ ਨੱਕ ਬੰਦ ਕਰਕੇ ਅੱਧੀਆਂ ਮੇਂਗਣਾ ਖਾ ਗਿਆ। ਫਿਰ ਫਿਰ ਕੀ ਕਹਿੰਦਾ? ਫਿਰ ਕੀ ਕਿਹੜਾ ਸੀਗਾ? ਮੈਂ ਕਿਹਾ ਲੈ ਅੱਧੀਆਂ ਮੈਂ ਖਾ ਲਈ, ਅੱਧੀਆਂ ਹੁਣ ਤੂੰ ਖਾ। ਕਹਿੰਦਾ ਨਹੀਂ ਮੇਰਾ ਮੂਡ ਨਹੀਂ ਹੈ ਪਾਪਾ ਖਾਣ ਦਾ। ਮੈਂ ਕਿਹਾ